ਚੰਗਾ ਕੀਤਾ ਜੀ। ਇਹ ਟ੍ਰੇਨ ਜਨਾਬ ਕਮ ਅਜ਼ ਕਮ ਕੋਈ 100 ਸਾਲ ਪੁਰਾਣੀ, 150 ਸਾਲ ਪੁਰਾਣੀ। ਸਿਰਫ ਇਸ ਲਈ ਚਲਾਈ ਜਾਂਦੀ ਹੈ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਸਾਡਾ ਕਲਚਰ ਕੀ ਸੀ। ਉਹ ਅੱਗੇ ਇੰਜਨ ਲੱਗਾ ਹੋਵੇ, ਉਹ ਵੀ ਸਟੀਮ ਵਾਲਾ ਇੰਜਨ ਹੈ ਜਿਹੜਾ ਕਦੀ 100 ਸਾਲ ਪਹਿਲਾਂ ਜਦੋਂ ਨਵੀਂ ਨਵੀਂ ਟ੍ਰੇਨ ਬਣੀ ਉਦੋਂ ਬਣਾਇਆ ਗਿਆ ਸੀ। ਮੈਂ ਬੋਗੀ ਦਾ ਨੰਬਰ ਵੀ ਲਿਖਿਆ ਅਤੇ ਇਹ ਜਨਾਬ ਮੈਂ ਖੁਦ ਇੰਗਲੈਂਡ ਫਿਰ ਸੈਰ ਕਰਨ ਆਇਆ ਵਾਂ ਅਤੇ ਮੈਂ ਕਿਹਾ ਚਲੋ ਇੱਕ ਵੀਡੀਓ ਤੁਹਾਨੂੰ ਬਣਾ ਕੇ ਦੋਸਤਾਂ ਨੂੰ ਸੈਂਡ ਕਰਾਂ ਤਾਂ ਕਿ ਲੋਕ ਤੁਹਾਨੂੰ ਪਤਾ ਲੱਗੇ ਇੰਗਲੈਂਡ ਦੇ ਕਲਚਰ ਦਾ। ਕ੍ਰਿਸਮਿਸ ਹੈ ਨਾ, ਉਹਦੀ ਵੀ ਆਦੂ ਚਲਾਈ ਜਾਏਗੀ ਟ੍ਰੇਨ ਜਿਹੜੀ। ਇਹ ਦੇਖੋ ਜੀ ਇਹਦਾ ਇੰਜਨ ਨੰਬਰ ਵੀ ਹੈ, ਬੋਗੀ ਦਾ ਸੋਰੀ ਇੰਜਨ ਦਾ ਇੰਜਨ ਨੰਬਰ ਹੈ, ਸਟੀਮ ਵਾਲਾ ਜਿਹਾ। ਬਾਰਿਸ਼ ਹੋ ਰਹੀ ਹੈ ਜਨਾਬ, ਇੱਥੇ ਮੈਂ ਇੱਕ ਦੋਸਤ ਦੇ ਨਾਲ ਆਇਆ ਵਾਂ ਅਤੇ ਇੰਜਨ ਵੈਨ ਵਿੱਚ ਕੀ ਬੁਲਾ ਹੈ ਦਿਖ ਰਹੇ ਚੋਟ ਲੱਗੀ ਵੀ ਜਾਣੀ ਨਹੀਂ ਕਰਿਆ ਲੱਗ ਰਿਹਾ ਭਾਈ, ਮੈਂ ਮਿੰਟ ਮਿੰਟ ਵੀ ਬਣਾਈ ਟੋਟੇ ਟੋਟੇ ਮਿੰਟ ਜਾਣਾ ਉਹ ਲੱਗੀ ਉਹ ਜਾਂਦੀ ਨਹੀਂ ਮਿਲਦੀ। ਇਹ ਰਾਜੀ ਆਈ ਹੋਣੀ ਹੈ ਨਾ, ਉਹ ਕੱਲ੍ਹ ਵਾਲੇ ਪਤੀਲੇ ਗਰਮ ਕਰਕੇ ਮੈਂ ਪਾਣੀ ਦੇਣਾ। ਆਹੋ Good morning. How are you today? Yeah. Think good? Yeah, fine. Yeah, all fine. Clean. Okay. Done. Kal acha reha hua. Aaj bhi pata nahi wahan ka ye dukaan kaise aaya. Aaja. 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 Thank you.
I just need to go there in a second and break off, Andy. Yeah, understood. Are you just going to go forward? Is that it? We're ready to go when you are. Back out when you go. ਤੀਜੇ ਫੇਰੇ ਦੇ ਵਿੱਚ ਪਤਾ 2.5-3 ਘੰਟੇ ਬ੍ਰੇਕ ਹੁੰਦੀ ਸੀ। ਪੁਰਾਣੀਆਂ ਮਾਤਰਾ ਪੁਰਾਣੀਆਂ ਸਾਡੇ